अस्सलाम वालेकुम। रायती भी बहुत बने खलोते हैं लेकिन पेट्रोल वाले मशीन में कौन नहीं बैठे। आप पीछे आप गोदाम लागे बने खलोता है नहर नाल दो तीन बने केता वो यार मेरे बाने नहीं बिक रहे ना इतनी जल्दी थोड़ी बढ़ते हैं ना यार वालू होगा आवे सु कुछ जल्दी थोड़ी है को ए पहले मुक्की हुई है इमे काम क्या ना होसन देखो आगे ते को 6 7 जाड़े पहले 150 आन करो असा भी त सिकदे बैठे हुन भी आउन वास्ते वाह वाह अरे देखो लेंदे रे यार जाओ ए भी इधर ला जड़ा फरला टाउन है जाओ ओदे तो भर दे नमाज तो बाद पानी पूनी वाली फटीका इन्होंने बहुत दुकान भुगता रही है दुकान ते आके चलो भी पानी लिया भर के सब्जी ले के दो अभी खला पुजा खान के सीधे हो गए मोटरसाइकिल तो है दो कॉपियां भी बंदा लाया हुआ है साइकिल दे रहे ਕਿੰਨੇ ਦਿਨ ਹੋ ਗਏ ਮਸਲਾ ਖਰਾਬ ਹੋਇਆ ਕੁੱਤੀ ਹੈਗੀ ਸੀ ਉਹ ਬਾਹਰ ਪਾਣੀ ਭਰ ਕੇ ਉਹਨੇ ਰੱਖੀ ਆ ਚੁੱਕ ਕੇ ਕਿਤੇ ਅੰਦਰ ਭੈਣ ਕੁੱਤੀ ਫਟ ਗਈ ਹੈ ਕਿਤੇ ਫਿਰ ਉਹਦੇ ਨਹੀਂ ਪਾਉਣੀ ਚੁੱਕ ਲੈ ਕੇ ਭਰ ਲਿਆ ਕੁੱਤੀ ਹੈ ਦੂਸਰੇ ਹੈ ਨਾ ਛੋਟੇ ਟੱਕਰ ਦੇ ਘਰ ਪਈ ਹੈ ਉਹ ਬਸ ਸਾਫ਼ ਕਰਨ ਵਾਲੀ ਆ ਉਹ ਆ ਚੁੱਕ ਕੇ ਰੱਖੀ ਵੀ ਆ ਕਿਤੇ ਦਿਨ ਦੀ ਸਫ਼ਾ ਕਰ ਲਿਆ ਉਹ ਭਰ ਲਿਆ ਚੱਕ ਲਿਆ ਹੋ ਨੀਲੀ मेरे को खत्म हो गई अपने आप नहीं
ਤੇਰੇ ਵਰਗੇ ਨੂੰ ਉਹਨੇ ਬੰਦਾ ਵੈਕਸੀਨ ਲਵਾ ਕੇ ਤੇ ਉੱਥੇ ਹਸਲ ਹਸਪਤਾਲ 'ਚ ਦਾਖਲ ਕਰਿਆ ਤੂੰ ਫਾਇਦਾ ਵੈਕਸੀਨ ਕਰ ਲਈ ਲਵਾਉਣੀ ਤੂੰ ਉਹੀ ਦਾਖਲ ਕਰ ਰਿਹਾ ਦੂਜੇ ਮਰੀਜ਼ਾਂ ਨੂੰ ਤਾਂ ਨਾ ਹੋ ਜਾਵੇ ਨਾ ਆਪ ਦੇ ਆਪ ਨੂੰ ਵੱਡਾ ਤੂੰ ਉਹ ਸਮਝ ਕਿਹੜੀ ਹੋਵੇ 80 ਵਾਲੀ ਹੋਵੇ 130 ਵਾਲੀ ਹੋਵੇ ਕਿਸਮਤ ਖਰਾਬ ਕੀਤੀ ਖੜੇ ਪਾਣੀ ਸਹੀ ਨੀ ਹੋਣਾ ਸ਼ਾਇਦ ਰਸ਼ ਵੀ ਘੱਟ ਹੋ ਜਾ ਹੋ ਗਿਆ ਪਹਿਲੇ ਦਿਨ ਰਸ਼ ਕੋਲ ਨਹੀਂ ਹੁੰਦਾ ਮੁੱਲ ਵਾਲੇ ਲੋਕ ਮੁੱਲ ਵਾਲੇ ਬੜੇ ਚੱਲ ਗਏ ਨੇ ਮੁੱਲ ਤੋਂ ਵੀ ਬੜੇ ਲੱਗ ਲੱਗ ਗਏ ਨੇ ਦੂਜੇ ਵੀ ਹੈ ਚੱਲੇ ਖਰੈਤੀ ਵਾਲੇ ਵੀ ਉਹ ਵੀ ਹੈ ਵਾਹਵਾ ਹੁਣ ਚੱਲ ਗਏ ਅਤੇ ਪਹਿਲੇ ਨਾ ਤੁਸੀਂ ਇੱਥੋਂ ਲਾ ਕੇ ਉੱਥੋਂ ਵੀ ਡਬਲ ਡਬਲ ਲੈਣ ਲੱਗ ਜਾਣੇ ਫਿਰ ਬੰਦੇ ਆਪ ਹੀ ਪਾਣੀ ਖਤਮ ਹੋ ਜਾਂਦਾ ਉਹਦੇ ਪਿੱਛੋਂ ਫਿਰ ਇੱਕ ਦਫ਼ਾ ਉਹ ਰੈਸਟ ਦਿੰਦਾ ਸੀ ਫਿਰ 15-20 ਮਿੰਟ ਫਿਰ ਕੁੱਪੇ ਭਰਦੇ ਸਨ ਅਤੇ ਕੁਛ ਤਾਂ ਫਿਰ ਚਲਾਉਂਦਾ ਸੀ ਮਸਲਾ ਤਾਂ ਇਹੋ ਹੀ ਆ ਨਾ ਦਿਆਤ ਵਾਲਾ ਅਤੇ ਪਠਾਣ ਪਠਾਣ ਪੈਣ ਤੋਂ ਪੂਰੀ ਫੈਮਿਲੀ ਦੇ ਰਕਸ਼ਾ ਭਰ ਕੇ ਅਤੇ ਕੁੱਪੀਆਂ ਲੈ ਜਾਂਦੇ ਨੇ ਇੱਕੋ ਬੰਦਾ ਹੀ ਸਾਰਾ ਸੀ ਜੋ ਰੰਨ ਕੇ ਖਲੋ ਦਿੰਦਾ ਉਹਦੇ ਚਾਚਾ ਤੁਹਾਡਾ ਖੁਦ ਭਰ ਕੇ ਲਿਆਉਣਾ ਪਾਣੀ ਤੁਹਾਡੇ ਕੋਲ ਨਹੀਂ ਆਉਂਦਾ ਮੋਟਰਸਾਈਕਲ ਤੇ ਸਾਈਕਲ ਲੈ ਕੇ ਆਉਣਾ ਹੁਣ ਸਾਰੇ ਜਾਣ ਲੱਗ ਪਏ
ਜਿਹੜਾ ਨਿਜ਼ਾਮ ਚਲੇ ਗਿਆ ਨਾ ਬਹੁਤ ਦੀਵਾ ਗਟਰਾਂ ਦਾ, ਇਹਨਾਂ ਨੇ ਪਾਣੀ ਸਭ ਖਰਾਬ ਕਰਤਾ। ਪਾਣੀ ਵੀ ਤਾਂ ਹੀ ਖਰਾਬ ਹੋਇਆ ਪਹਿਲੇ ਨਾਲੀਆਂ ਸੀਗੀਆਂ, ਨਾਲੀਆਂ ਦਾ ਨਿਜ਼ਾਮ ਸੀਗਾ, ਪਾਣੀ ਟੁੱਟਦਾ ਰਹਿੰਦਾ ਸੀ ਨਾਲੀ ਦੇ ਵਿੱਚ। ਉਹ ਤਾਂ ਬਾਹਰ ਨਿਕਲ ਕੇ ਆ ਕਿਤੇ ਉੱਥੇ ਉਤਲੇ ਉਤਲੀ ਸਤਰ ਰਹਿ ਜਾਂਦਾ ਸੀ। ਹੁਣ ਜੇ ਆਪਾਂ